ਦੁਆਰਾ ਬਾਬਾ ਸੱਚਾ ਬਲੀ ਦਾ ਬੋਲ ਸਾਚੇ ਦਰਬਾਰ ਕੀ ਜੈ। ਪਿਆਰੀ ਸਾਧ ਸੰਗਤ ਜੀ, ਆਪ ਸਭ ਨੂੰ ਪਤਾ ਹੀ ਹੈ ਬਲੀਆਂ ਦਾ ਬਲੀ ਬਾਬਾ ਸਿੱਧ ਚਾਰਾ ਬਲੀ ਹੈ। ਤੇਰਾ ਸਰਕਾਰਾਂ ਦਾ ਆਪ ਦੇ ਨਗਰ ਦੇ ਵਿੱਚ ਸਾਲ ਹੋਣ ਜਾ ਰਿਹਾ। ਸਾਰੀਆਂ ਸੰਗਤਾਂ ਨੂੰ ਜਨਤਾ ਸਿੰਘ ਬੇਨਤੀ ਹੈ ਆਪਣੇ ਕੰਮ ਕਾਰ ਛੱਡਦੇ ਹੋਏ ਬਾਬਾ ਸਿੰਘ ਚਾਰਾ ਦਰਬਾਰ ਤੇ ਪਹੁੰਚੋ, ਆੜ ਕੇ ਹਾਜ਼ਰੀਆਂ ਭਰੋ। ਇਹ ਸੱਚੀ ਸਰਕਾਰ ਬਾਬਾ ਸਿੰਘ ਚਾਰਾ ਬਲੀ ਦੁੱਧ ਵਾਲੇ ਨੂੰ ਦੁੱਧ ਦਰਬਾਰ ਸੱਚੀ ਸਰਕਾਰ ਬਾਬਾ ਸਿੱਧਾ ਨੂੰ ਬਲੀ ਜਿੰਨੇ ਵੀ ਮੇਰੇ ਸੱਜਣ ਵੀਰ ਵਾਹਲੇ ਪਿੰਡਾਂ ਤੋਂ ਆਏ ਹੈ, ਵਿਕਾਸ ਨਗਰ ਦੇ ਹੈ, ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ। ਆ ਕੇ ਬੈਠੋ, ਕਿਸੇ ਵੀ ਮੇਰੇ ਭੈਣ ਭਰਾ ਰਸਤਾ ਵਿੱਚ ਨਹੀਂ ਖੜਾ, ਰਸਤਾ ਵਿੱਚ ਨਹੀਂ ਖੜਾ ਹੈ, ਭੈਣ ਭਰਾ ਬਾਹਰੋਂ ਆਏ ਹੈ। ਉਹਨਾਂ ਕੇ ਕੋਈ ਵੀ ਜਿਹੜੀਆਂ ਗੇਲਾਂ ਕਰਾਉਣੀਆਂ ਉਹ ਸੱਚੀ ਸਰਕਾਰ ਬਾਬਾ ਸਿੱਧਾ ਨੂੰ ਲਾ ਕੇ ਨਗਰ ਪੇੜੇ ਦੇ ਲਾ ਕੇ ਗੇਲਾਂ ਕਰਾਉਣੀਆਂ, ਕੋਈ ਵੀ ਫੇਰ ਜਿਹੜੀ ਹੈ ਗੱਲ ਨਹੀਂ ਕਰਾਉਣੀ। ਦੇਵੀ ਕਿਆ ਬਾਬਾ ਸਿੰਘ ਚੰਦ ਦਰਬਾਰ ਤੇ ਇਹ ਜਗ੍ਹਾ ਦਾਨ ਕੀਤੀ ਹੈ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਸਾਡੀ ਬੀਬੀ ਜੀ ਨੂੰ, ਸਾਡੇ ਸਰਪੰਚ ਸਾਹਿਬ ਵੱਲੋਂ ਬੇਨਤੀ ਹੈ, ਉਹ ਵੀ ਮੂਹਰੇ ਆ ਕੇ ਬੈਠਣ ਸਾਡੇ ਕੋਲ। ਅਸੀਂ ਉਹਨਾਂ ਦਾ ਸਾਰੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਜੀ, ਸਭ ਤੋਂ ਪਹਿਲੀ ਜਿਹੜੀ ਰਸਮ ਹੈ ਬਾਬਾ ਸਿੰਘ ਚੰਦ ਦਰਬਾਰ ਤੇ, ਸਾਡੀ ਬਾਬਾ ਸਿੰਘ ਚੰਦ ਦਰਬਾਰ ਦੇ ਸੇਵਾਦਾਰ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਇਸ ਸਾਲ ਦੀ ਜਿਹੜੀ ਸ਼ੁਰੂਆਤ ਕੀਤੀ ਜਾਣੀ ਹੈ, ਉਦਘਾਟਨ ਕੀਤਾ ਜਾ ਰਿਹਾ, ਰਿਬਨ ਕੱਟਿਆ ਜਾ ਰਿਹਾ। ਅਸੀਂ ਇਹਨਾਂ ਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਮਨ ਧਨ ਦੇ ਨਾਲ ਇਹ ਸੇਵਾ ਦਿੱਤੀ ਹੈ। ਇਹ ਸੱਚੀ ਸਰਕਾਰ ਬਾਬਾ ਸਿੰਘ ਚੰਦ ਵਾਲੀ ਮਿਹਰ ਕਰੇ, ਨਗਰ ਖੇੜੇ ਵੱਸਦੇ ਰੱਖੇ, ਦੁੱਧ ਵਾਲੇ ਨੂੰ ਦੁੱਧ ਦੇਣ, ਪੁੱਤ ਵਾਲੇ ਨੂੰ ਪੁੱਤ ਦੇਣ, ਦੇਸਾਂ ਪ੍ਰਦੇਸਾਂ 'ਚ ਬੱਚਿਆਂ ਦੇ ਭਲਾ ਕਰੇ, ਬੀਜਿਆ ਹਰਾ ਕਰੇ। ਸੱਚੀ ਸਰਕਾਰ ਬਾਬਾ ਸਿੰਘ ਚੰਦ ਵਾਲੀ ਮਿਹਰ ਕਰੇ। ਲੋ ਬੇਨਤੀ ਕਰਦੇ ਹਾਂ ਸਾਡੇ ਚਾਚੀ ਜੀ ਪੁੱਛਾਂ ਜੀ, ਜਿਨ੍ਹਾਂ ਨੇ ਇਹ ਜੋ ਇਹਨਾਂ ਦਾ ਆਪਣਾ ਘਰ ਸੀ ਉਹ ਬਾਬਾ ਸਿੱਧ ਵਾਲੀ ਜੀ ਦੇ ਡੇਰੇ ਨੂੰ ਦਾਨ ਕੀਤਾ ਹੈ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ
ਕਿ ਇਸ ਵੇਲੇ ਸਾਰੇ ਹੀ ਨਗਰ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਦਾਨੀ ਸੱਜਣ ਜਾਂ ਦਾਨੀ ਬੀਬੀਆਂ ਵੀ ਹੁੰਦੀਆਂ ਹਨ। ਉਹਨਾਂ ਨੂੰ ਬੇਨਤੀ ਹੈ ਕਿ ਉਹ ਫੀਤੇ ਦੀ ਰਸਮ ਅਦਾ ਕਰਨ ਦੇ ਲਈ ਸਰਪੰਚ ਸਾਹਿਬਾਨ ਅਤੇ ਗ੍ਰਾਮ ਪੰਚਾਇਤ ਦੇ ਨਾਲ ਸਾਥ ਦੇ, ਅਤੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਇਹਨਾਂ ਦੇ ਸਾਰੇ ਹੀ ਲੰਗਰ ਵਾਲੇ ਜਿਨ੍ਹਾਂ ਨੇ ਇੰਨਾ ਪਰਉਪਕਾਰ ਕੀਤਾ ਹੈ ਸਾਡੇ ਲੰਗਰ 'ਤੇ, ਜੋ ਕਿ ਆਪਣਾ ਘਰ ਬਾਬਾ ਸਿੱਧ ਮਨੀ ਜੀ ਦੇ ਡੇਰੇ ਵਾਸਤੇ ਦਾਨ ਕੀਤਾ ਹੈ। ਇੱਕ ਵਾਰੀ ਸਾਰੀਆਂ ਹੀ ਸੰਗਤਾਂ ਜਕਾਰਾ ਬੋਲੀਏ, ਬਾਬਾ ਸਿੱਧ ਮਨੀ। ਇਸ ਵੇਲੇ ਜੋ ਫੀਤੇ ਦੀ ਰਸਮ ਹੈ, ਸਾਡੇ ਚਾਚੀ ਜੀ ਸਰਪੰਚ ਸਾਹਿਬਾਨ ਅਤੇ ਚਾਚਾ ਜੀ ਸਤਪਾਲ ਜੀ ਨਗਰ ਦੀ ਸਮੁੱਚੀ ਗ੍ਰਾਮ ਪੰਚਾਇਤ ਜੋ ਕਿ ਫੀਤੇ ਦੀ ਰਸਮ ਕਰਨ ਜਾ ਰਹੇ ਹਨ, ਉਹਨਾਂ ਦੇ ਨਾਲ ਜਿਨ੍ਹਾਂ ਨੇ ਇਹ ਆਪਣਾ ਥਾਂ ਬਾਬਾ ਸਿੱਧ ਮਨੀ ਜੀ ਦੇ ਡੇਰੇ ਨੂੰ ਦਾਨ ਕੀਤਾ ਹੈ ਉਹ ਹਨ। ਅਸੀਂ ਬਹੁਤ ਹੀ ਧੰਨਵਾਦੀ ਹਾਂ ਆਪਣੇ ਨਗਰ ਦੀ ਗ੍ਰਾਮ ਪੰਚਾਇਤ ਦੇ। ਹੁਣ ਬੇਨਤੀ ਕਰਦੇ ਹਾਂ ਸਰਪੰਚ ਸਾਹਿਬ ਜੀ ਨੂੰ ਕਿ ਉਹ ਫੀਤੇ ਦੀ ਰਸਮ ਨੂੰ ਅਦਾ ਕਰਨ। ਜਿਤੋਰਾ ਬਾਬਾ ਸਿੱਧ ਮਨੀ ਜੀ ਦਾ। ਲਓ ਹੁਣ ਇਸ ਵੇਲੇ ਜੋ ਫੀਤੇ ਦੀ ਰਸਮ ਸੀ ਉਹ ਹੋ ਚੁੱਕੀ ਹੈ, ਅਤੇ ਹੁਣ ਜੋ ਭਗਤ ਜੀ ਹਨ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਜੋ ਸਾਲ ਦੀ ਰਸਮ ਹੈ ਉਸਨੂੰ ਸ਼ੁਰੂ ਕੀਤਾ ਜਾਵੇ। ਅਸੀਂ ਬਹੁਤ ਹੀ ਧੰਨਵਾਦੀ ਹਾਂ ਭਗਤ ਜੀ ਦੇ। ਜਾਂ ਕੋਈ ਟੂਰਨਾਮੈਂਟ ਹੋਵੇ ਜਾਂ ਸਾਡੇ ਨਗਰ ਦੇ ਵਿੱਚ ਕੋਈ ਹੋਰ ਪ੍ਰੋਗਰਾਮ ਹੋਵੇ, ਇਹ ਜੋ ਵਾਰਡ ਦੇ ਵਿੱਚ ਲਾਈਵ ਚਲਾ ਕੇ ਬਾਹਰ ਬੈਠੀ ਸੰਗਤਾਂ ਨੂੰ ਦਿਖਾਉਂਦੇ ਹਨ, ਅਸੀਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬੀਬੀਆਂ ਇੱਧਰੋਂ ਪਿੱਛਿਓਂ ਆ ਰਹੀਆਂ, ਇਹਨਾਂ ਨੂੰ ਲੰਘਣ ਲਈ ਰਸਤਾ ਨਹੀਂ ਹੈਗਾ। ਵੀਰੋ ਤੁਸੀਂ ਰਸਤਾ ਆ ਵੀ ਛੱਡ ਦਿਓ, ਆ ਜਿਹੜੇ ਵੀਰ ਬੈਠੇ ਆ ਉਹ ਵੀ ਇੱਧਰਲੇ ਪਾਸੇ ਹੋ ਗਏ, ਆ ਦੋਨੇ ਸਾਈਡਾਂ ਤੋਂ ਬੀਬੀਆਂ ਲਈ ਰਸਤਾ ਛੱਡੋ, ਕਿਉਂਕਿ ਆਪਣੇ ਨਗਰ ਦੀਆਂ ਭੈਣਾਂ ਬੀਬੀਆਂ ਆ ਦੇਖੋ ਕਿੰਨੀਆਂ ਔਖੀਆਂ ਹੋ ਕੇ ਲੰਘ ਕੇ ਆਉਂਦੀਆਂ, ਤੁਸੀਂ ਆਪ ਦੇਖੋ। ਜੇ ਮੈਂ ਦੋ ਮੁਲਾਜ਼ਮਾਂ ਦੀ ਇੱਥੇ ਡਿਊਟੀ ਲਾ ਲਵਾਂ ਤੁਸੀਂ ਸਾਰਿਆਂ ਨੇ ਭਰੇ, ਜੇ ਮੈਂ ਮਿਹਨਤ ਕਰਾਂ ਤੁਸੀਂ ਨਹੀਂ ਭਰੇ। ਬੇਨਤੀ ਆ ਵੀ ਤੁਸੀਂ ਰਸਤਾ ਛੱਡ ਕੇ ਇੱਧਰ ਖੜ੍ਹੇ ਹੋ ਜਾਓ, ਆ ਜਿਹੜੇ ਮੁੰਡੇ ਖੜ੍ਹੇ ਤੇ ਬੈਠੇ ਜਿਹੜੇ ਥੱਲੇ ਨੂੰ ਹੋ ਕੇ ਬੈਠੋ। ਗਨਵਾਸੀ ਸਾਧ ਸੰਗ ਜੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਇਸ ਦਰਬਾਰ ਬਾਬਾ ਸਿੱਧ ਮਨੀ ਪਿੰਡ ਤੱਕ ਪਟੋਰੀ ਵਿਖੇ ਇਹ ਜੋ ਰਸਮਾਂ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀਆਂ ਨੇ, ਸੋ ਜਿੱਥੇ ਪਿੰਡ ਦੀ ਸੁੱਖ ਸ਼ਾਂਤੀ ਲਈ ਇਹ ਦੁਆਵਾਂ ਹੋਣਗੀਆਂ, ਅੱਜ ਬਾਬਾ ਸਿੱਧ ਮਨੀ ਦੇ ਦਰਬਾਰ 'ਤੇ ਜਿੱਥੇ ਕਿ ਹੁਣੇ ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਬੀਬੀ ਸੁਰਜੀਤ ਕੌਰ ਜੀ ਨੇ ਜੀਵਨ ਕੱਟ ਕੇ ਸ਼ੁਰੂ ਕੀਤਾ ਹੈ, ਉੱਥੇ
ਧੰਨਵਾਦੀ ਹਾਂ ਅੱਜ ਦੇ ਜਿੱਥੋਂ ਵੀ ਤੁਸੀਂ ਚੱਲ ਕੇ ਕੋਨੇ ਕੋਨੇ ਤੋਂ ਆਏ ਹੋ, ਘਰ ਘਰ ਤੋਂ ਆ ਕੇ ਅੱਜ ਇਸ ਪਿੰਡ ਦੇ ਵਿੱਚ ਇੱਕ ਨਗਰ ਇਹ ਸੁੱਖ ਸ਼ਾਂਤੀ ਲਈ ਜੋ ਦੁਆਵਾਂ ਹੋਣੀਆਂ ਨੇ, ਸੋ ਬੇਨਤੀ ਕਰਾਂਗੇ ਜਿੱਦਾਂ ਸਰਪੰਚ ਸਾਹਿਬ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਬੈਠਣ ਦੀ ਕਿਰਪਾਲਤਾ ਕਰੋ। ਸੋ ਜੋ ਕਿ ਅੱਜ ਇਸ ਪ੍ਰੋਗਰਾਮ ਦੇ ਕਲਾਕਾਰ ਜਿਨ੍ਹਾਂ ਨੇ ਕਿ ਬਹੁਤ ਹੀ ਅੱਛੇ ਢੰਗ ਦੇ ਨਾਲ ਜਿੱਥੇ ਤੁਹਾਨੂੰ ਐਂਟਰਟੇਨਮੈਂਟ ਕਰਨਾ ਹੈ, ਬੱਗਣ ਭਗਤੀ ਪਰਿਵਾਰ ਵੱਲੋਂ ਸਾਂਝਾ ਦੀ ਪਾਰਟੀ ਜਿਨ੍ਹਾਂ ਨੇ ਕਿ ਅੱਜ ਹੈ ਉੱਥੇ ਉਹਨਾਂ ਨੇ ਤੁਹਾਨੂੰ ਸੰਤ ਮਹਾਂਪੁਰਸ਼ਾਂ ਨਾਲ ਜੋੜਨਾ ਹੈ, ਨਗਰ ਦੀ ਸੁੱਖ ਸ਼ਾਂਤੀ ਲਈ ਦੁਆਵਾਂ ਕਰਨੀਆਂ। ਕਿਸੇ ਸ਼ਹਿਰ ਨੇ ਲਿਖਿਆ ਹੈ ਇਹ ਧਰਤੀ ਪੰਜ ਦਰਿਆਵਾਂ ਦੀ, ਜਿਹਨੂੰ ਕਹਿੰਦੇ ਨੇ ਪੰਜਾਬ। ਇੱਥੇ ਪੀਰ ਪੈਗੰਬਰ ਔਲੀਆ ਦੇ ਕੀਤੇ ਨੇ ਚਪਤਾਪ। ਸੋ ਸਾਡੇ ਈਦਾਂ ਅਤੇ ਦੀਵਾਲੀਆਂ, ਲੋਹੜੀ ਅਤੇ ਵਿਸਾਖੀਆਂ ਸਾਡੇ ਸਾਂਝੇ ਨੇ ਇਤਿਹਾਸ। ਸੋ ਅੱਜ ਆਪਾਂ ਇਸ ਪਰਿਵਾਰਕ ਸਾਂਝ ਨੂੰ ਵੀ ਬੜਾਵਾ ਦੇਣਾ ਹੈ। ਸੋ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਸੁਣਦੀ ਹੈ, ਸਾਧ ਸੰਗਤ ਦੇ ਚੰਨਾਂ ਵਿੱਚ ਬੇਨਤੀ ਹੈ ਕਿ ਜਗ੍ਹਾ ਘੱਟ ਹੋਣ ਦੇ ਕਾਰਨ ਜਿੱਥੇ ਜਿੱਥੇ ਵੀ ਪਰਿਵਾਰਾਂ ਨੂੰ, ਜਿੱਥੇ ਵੀ ਸੰਗਤਾਂ ਨੂੰ ਸੋ ਥਾਂ ਮਿਲਦੀ ਹੈ ਬੈਠਣ ਦੀ, ਕਿਰਪਾਲਤਾ ਕਰੋ। ਸੋ ਬਹੁਤ ਹੀ ਧੰਨਵਾਦੀ ਹਾਂ ਸਰਪੰਚ ਸਾਹਿਬਾਨ, ਮੈਂਬਰ ਸਾਹਿਬਾਨ, ਜਿਨ੍ਹਾਂ ਨੇ ਕਿ ਇੱਕ ਹਫ਼ਤੇ ਕਿ ਮਹੀਨੇ ਤੋਂ ਮਿਹਨਤ ਕਰਕੇ ਜਿੱਥੇ ਇਸ ਨਗਰ ਦੀ ਸੁੱਖ ਸ਼ਾਂਤੀ ਲਈ ਇਹ ਪ੍ਰੋਗਰਾਮ ਲਿਖਿਆ ਹੈ, ਇਹ ਬਹੁਤ ਹੀ ਵਧਾਈ ਦੇ ਪਾਤਰ ਹਨ। ਸੋ ਮੈਂ ਬਾਬਾ ਸਿਹਤ ਬਲੀ ਦੇ ਦਰਬਾਰ ਤੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ, ਤੁਸੀਂ ਵੀ ਇੱਕ ਵਾਰ ਜ਼ੋਰ ਦੀ ਜਕਾਰਾ ਲਾਓ, ਜਕਾਰਾ ਬਾਬਾ ਸਿਹਤ ਬਲੀ ਜੀ ਦਾ। ਸੋ ਬਾਬਾ ਸਿਹਤ ਬਲੀ ਇਸ ਪਿੰਡ ਨੂੰ ਹਮੇਸ਼ਾ ਚੜ੍ਹਦਿਆਂ ਕਲਾ ਵਿੱਚ ਰੱਖੇ, ਉੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਕਰਨਾ। ਆਪਾਂ ਬਹਿ ਕੇ ਆਏ ਹੋਏ ਇਹਨਾਂ ਕਲਾਕਾਰਾਂ ਦੀ ਇੱਕ ਇੱਕ ਗੱਲ ਨੂੰ ਆਪਣੇ ਮਨ ਵਿੱਚ ਵਿਸਾਰਨਾ ਹੈ ਕਿ ਕਿਵੇਂ ਇਹਨਾਂ ਨੇ ਅੱਜ ਔਖਾ ਦੌਰ ਹੈ ਕਿ ਇਹਨਾਂ ਨੇ ਅੱਜ ਆਪਾਂ ਨੂੰ ਇਸ ਪਿੰਡ ਦੀ ਸੁੱਖ ਸ਼ਾਂਤੀ ਲਈ ਦੁਆਵਾਂ ਕਰਨੀਆਂ ਹਨ। ਸੋ ਧੰਨਵਾਦੀ ਹਾਂ ਬਹੁਤ ਬਹੁਤ ਸਰਪੰਚ ਸਾਹਿਬ ਦਾ, ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਹੈ ਇਹਨਾਂ ਦੀ ਪੂਰੀ ਟੀਮ ਦਾ, ਜਿਹਨਾਂ ਨੇ ਕਿ ਇੱਕ ਇੱਕ ਪੈਸਾ ਇਕੱਠਾ ਕਰਕੇ ਅੱਜ ਸਵੇਰ ਤੋਂ ਲੰਗਰ ਚੱਲਦੇ ਸਨ। ਸੋ ਦੇਸ਼ ਵਿਦੇਸ਼ ਵਿੱਚ ਬੈਠੇ ਸਾਲ ਦੀ ਰਸਮ ਜਿਹੜੀ ਹੈ ਬਿਲਕੁਲ ਸ਼ੁਰੂ ਹੈ। ਮੈਂ ਵੀ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ, ਜਿੰਨੇ ਵੀ ਮੇਰੇ ਵੀਰ ਰਸਤੇ ਦੇ ਵਿੱਚ ਖੜੇ ਹੈ, ਥੋੜ੍ਹਾ ਜਿਹਾ ਰਸਤਾ ਬਣਾ ਕੇ ਰੱਖਣਾ, ਜਿਹੜੇ ਸਾਗ ਹੈ ਬਾਬਾ ਸਿੰਘ ਚੱਲ ਦਰਬਾਰ ਤੋਂ ਜਾਣ ਨੂੰ ਇੱਧਰੋਂ ਆਉਣੇ।
ਸਾਰੀਆਂ ਦੀ ਬੰਦੀਆਂ ਲੈ ਨਾ ਕੋਈ ਇੰਦਲ ਬਲੀ ਰੇ ਨਾ ਸਭ ਦੀ ਚੜਾ ਤੂੰ ਵੇ ਉਹਨਾਂ ਦੀ ਥਾਂ ਬੈਠਾ ਰਿਹਾ ਲੇ ਜਿਲੇ ਕੁਲ ਬਰਸਨਾ